اعوذ باللہ من الشیطان الرجیم بسم اللہ الرحمن الرحیم بڑی برکت والا ہے او جس دے ہتھ راج ہے تے او دا ہر کاسے تے بس چلدا ہے جن بنایا مرنا تے جینا تا آزمائے تانو کس تے تسا وچو چنگے نیں کرتب تے اوہی زور آور بخشنار جن بنائے ست آسمان طے بتے تا ویکھے تو رحمان دے بنائے ہوئے وچ کچھ نہیں کسر پھر پھیر کے نظر کر پلا ویکھنا کوئی تریڈ ਇਰ ਮੁਰਕੇ ਨਜ਼ਰ ਕਰ ਧੁਰਾ ਧਰਾ ਕੇ ਪਾਉਂ ਆਵੇਂ ਤੇਰੇ ਵੱਲ ਤੇਰੀ ਨਜ਼ਰ ਰੱਦ ਹੋ ਕੇ ਨਾਲੇ ਉਹ ਥੱਕੀ ਹੋਈ ਹੋਵੇ ਤੇ ਜ਼ਰੂਰ ਅਸਾਂ ਸਜਾਇਆ ਉਰਲੇ ਅਸਮਾਨ ਨੂੰ ਦੀਵਿਆਂ ਨਾਲ ਤੇ ਬੜਾਏ ਨੇ ਅਸਾਂ ਉਹ ਦੀਵੇ ਅੰਗਿਆਰੇ ਸ਼ੈਤਾਨਾਂ ਲਈ ਤੇ ਤਿਆਰ ਕੀਤੀ ਅਸਾਂ ਉਹਨਾਂ ਲਈ ਮਾਰ ਭੜਕਦੀ ਅੱਗ ਦੀ ਤੇ ਜਿਨ੍ਹਾਂ ਨਹੀਂ ਮੰਨਿਆ ਆਪਣੇ ਰੱਬ ਨੂੰ ਉਹਨਾਂ ਨੂੰ ਮਾਰੇ ਦੋਜ਼ਖ ਦੀ ਤੇ ਬੁਰੀ ਜਗ੍ਹਾ ਮੁਰ ਜਾਣੇ ਦੀ ਜਦ ਸੁਟੇ ਜਾਣਗੇ ਉਸ ਵਿੱਚ ਸੁਣਨਗੇ ਉਸ ਦਾ ਇੰਗਣਾ ਤੇ ਉਹ ਪਿਆ ਗੜਕਦਾ ਨੇੜੇ ਆ ਗਿਆ ਜੋ ਪੜ ਜਾਏ ਗੁੱਸੇ ਨਾਲ ਜਿਸ ਵਾਰੀ ਛੁੱਟੀ ਗਈ ਉਸ ਵਿੱਚ ਕੋਈ ਫੌਜ ਪੁੱਛਿਆ ਉਹਨਾਂ ਨੂੰ ਉਸ ਤੇ ਜ਼ਰੂਰ ਹੋ ਗਿਆ ਨੇ ਭਲਾ ਆਇਆ ਨਹੀਂ ਸੀ ਤੁਸਾਂ ਕੋਲ ਕੋਈ ਡਰਨ ਵਾਲਾ ਆਖਿਓ ਨਹੀਂ ਆਇਆ ਸੀ ਅਸਲ ਕੋਈ ਡਰਨ ਵਾਲਾ ਫਿਰ ਚਟੂ ਆਇਆ ਅਸਾਂ ਨੇ ਤੇ ਆਖਿਆ ਅਸਾਂ ਨਹੀਂ ਉਤਾਰਿਆ ਅੱਲਾ ਨੇ ਕੁਝ ਵੀ ਨਹੀਂ ਤੁਸੀਂ ਪਰ ਬੜੇ ਕੋਰਾ ਫਏ ਹੋਏ ਤੇ ਆਖਿਓ ਨਹੀਂ ਜੇ ਕਦੇ ਹੁੰਦੇ ਅਸੀਂ ਸੁਣਦੇ ਜਾਂ ਸਮਝਦੇ ਨਾ ਹੁੰਦੇ ਅਸੀਂ ਦੁਦਖ ਵਾਲਿਆਂ ਵਿੱਚ ਮਨਦੇਵ ਨੇ ਗੁਨਾਹ ਆਪਣੇ 100 ਦਫਾ ਹੁੰਦੋ ਦੁਖਵਾਲੇ ਡਰਦੇ ਨੇ ਆਪਣੇ ਰੱਬ ਤੋਂ ਮਿੰਡਿਠੇ ਆ ਉਹਨਾਂ ਦੀ ਜ਼ਰੂਰ ਬਖਸ਼ਿਸ਼ੇ ਤੇ ਬੜਾ ਸਵਾਬ ਇਹ ਹੋਲੀ ਆਖੋ ਤੁਸੀਂ ਗੱਲ ਆਪਣੀ ਜਾਂ ਉਹ ਉੱਚੀ ਆਖੋ ਉਹ ਜ਼ਰੂਰ ਜਾਣਦਾ ਦਿਲਾਂ ਦੇ ਭੇਤ ਕਿਉਂ ਨਾ ਜਾਣੇ ਜਿੰਨ ਪੈਦਾ ਕੀਤਾ ਤੇ ਉਹ ਇਹ ਭੇਜਣ ਵਾਲਾ ਖਬਰਦਾਰ ਹੋਏ ਜਿੰਨ ਬਣਾ ਦਿੱਤੀ ਤੁਹਾਨੂੰ ਜ਼ਮੀਨ ਤਾਬੇ ਤੁਹਾਡੇ ਹੁਣ ਤੁਰੋ ਫਿਰ ਉਸ ਦੀ ਸਭਣੀ ਵੱਲੀ ਤੇ ਖਾਓ ਖੁਦਾ ਦੇ ਦਿੱਤੇ ਰਿਜ਼ਕ ਵਿੱਚੋਂ ਤੇ ਉਸੇ ਵਲੀ ਜੇ ਉਠਣਾ ਭਲਾ ਡਰ ਲਾ ਛੜੇ ਜੀ ਉਹਦਾ ਜਿਹੜਾ ਅਸਮਾਨ ਵਿੱਚ ਜੋ ਤਸਾ ਦੇਵੇ ਤੁਹਾਨੂੰ ਜ਼ਮੀਨ ਵਿੱਚ ਫਰ ਤਦੋਂ ਹੀ ਉਹ ਜ਼ਮੀਨ ਕੰਬੇ ਕਿਆ ਡਰ ਲਾ ਛੜੇ ਜੀ ਉਹਦਾ ਜਿਹੜਾ ਅਸਮਾਨ ਵਿੱਚ ਜੋ ਭੇਜੇ ਤਸਾ ਉੱਤੇ ਗਿੱਟੀਆਂ ਉਡਾਨੀਆਂ ਨੇਰੀ ਫਿਰ ਜਾਣੋਗੇ ਕਿਆ ਕੂਏ ਮੇਰਾ ਡਰਾਣਾ ਤੇ ਜ਼ਰੂਰ ਉਠਲਾ ਚੁਕੇ ਨੇ ਜਿਹੜੇ ਪਹਿਲੇ ਸਣ ਇਹਨਾਂ ਦੇ ਫਿਰ ਕਈ ਕੂ ਹੋਈ ਮੇਰੀ ਫਾਈ ਅੱਜ ਦੇਖਿਆ ਨਹੀਂ ਨੇ ਪੰਛੀਆਂ ਵੱਲ ਉੱਤੇ ਆਪਣੇ ਉੱਡਦੇ ਆਰੇ ਖਲਾਰ ਕੇ ਤੇ ਮੀਟ ਦੇ ਕੋਈ ਨਹੀਂ ਥੰਮਦਾ ਉਹਨਾਂ ਨੂੰ ਰਹਿਮਾਨ ਸਵਾ ਉਹ ਜ਼ਰੂਰ ਹਰ ਚੀਜ਼ ਨੂੰ ਵੇਖਦਾ ਹੈ ਸਸੋ ਭਲਾ ਉਹ ਕੌਣ ਹੈ ਉਹ ਜਿਹੜਾ ਲਸ਼ਕਰ ਹੈ ਤੁਹਾਡਾ ਮਦਦ ਕਰੇ ਤੁਹਾਡੀ ਸਵਾਰ ਹੈਮਾਨ ਦੇ ਹਕੀਕਤ ਇਹ ਨਹੀਂ ਬਈ ਮਾਨ ਲੋਕ ਪਰ ਧੋਖੇ ਵਿੱਚ ਭਲਾ ਉਹ ਕੌਣ ਹੈ ਜਿਹੜਾ ਰਿਜ਼ਕ ਦੇਗਾ ਤੁਹਾਨੂੰ ਜੇ ਉਹ ਬੰਦ ਕਰ ਦੇ ਰਿਜ਼ਕ ਆਪਣਾ ਸਗੋ ਜ਼िद ਬੰਦੀ ਨੇ ਸਿਰ ਚੜਨੇ ਤੇ ਤਰੇਣੇ ਉੱਤੇ ਭਲਾ ਫਿਰ ਜਿਹੜਾ ਤੁਰਦਾ ਹੈ ਪੁੱਠਾ ਆਪਣੇ ਮੂੰਹ ਦੇ ਪਾਰ ਉਹ ਵਧੇਰਾ ਰਾਹ ਸਿੱਧੇ ਜਾਂ ਜਿਹੜਾ ਤੁਰਦਾ ਸਿੱਧਾ ਇੱਕੋ ਜਿਹੇ ਰਾਹ ਉੱਤੇ ਆਖੋ ਨੇ ਉਹ ਹੀ ਜਿਨ ਪੈਦਾ ਕੀਤਾ ਤੁਹਾਨੂੰ ਤੇ ਬਣਾ ਦਿੱਤੇ ਤੁਹਾਨੂੰ ਕੰਨ ਤੇ ਅੱਖੀਆਂ ਤੇ ਸੋਚਣ ਸਮਝਣ ਨੂੰ ਦਿੱਤੇ ਦਿਲ ਪਰ ਤੁਸੀਂ ਕਾਟੇ ਸ਼ੁਕਰ ਕਰਦੇ ਹੋ ਆਖੋ ਨੇ ਉਹ ਹੀ ਹੈ ਜਿਨ ਖਿਲਾਰੇ ਤੁਹਾਨੂੰ ਜ਼ਮੀਨ ਵਿੱਚ ਤੇ ਉਸੇ ਹੀ ਵਾਲੇ ਇਕੱਠੇ ਕੀਤੇ ਜਾਓਗੇ ਆਖਦੇ ਨੇ ਕਦੋਂ ਹੀ ਇਹ ਵਾਦਾ ਜੇ ਤੁਸੀਂ ਸੱਚੇ ਹੋ ਆਖੋ ਨੇ ਇਸ ਦੀ ਖਬਰ ਨਹੀਂ ਜੀ ਅੱਲਾਹ ਕੋਲ ਤੇ ਮੈਂ ਆ ਨਿਹਰਾ ਡਰਾਉਣ ਵਾਲਾ ਸਾਫ਼ ਬਿਆਨ ਕਰਕੇ ਫਿਰ ਜਦ ਵੇਖਣਗੇ ਉਸ ਨੂੰ ਨੇੜੇ ਆਇਆ ਵਿਗੜ ਜਾਣਗੇ ਮੂੰਹ ਬਈਮਾਨਾਂ ਦੇ ਤੇ ਆਖਿਆ ਜਾਏਗਾ ਇਹੋ ਹੀ ਜੇ ਤੁਸੀਂ ਮੰਗਦੇ ਸਾਓ ਆਖੋ ਦੱਸੋ ਹਮੈਨੂੰ ਜੇ ਫਨਾ ਕਰ ਦੇ ਮੈਨੂੰ ਅੱਲਾ ਤੇ ਮੇਰੇ ਨਾਲ ਦਿਆਂ ਨੂੰ ਜਾਂ ਮਿਹਰ ਕਰਿਆ ਸਾਂ ਉਤੇ ਫਿਰ ਕੌਣ ਬਚਾਏਗਾ ਬਈਮਾਨਾਂ ਨੂੰ ਦੁੱਖ ਦੀ ਮਾਰੋਂ ਆਖੋ ਨੇ ਉਹ ਮਿਹਰਬਾਨ ਹੈ ਅਸਾਂ ਮੰਨੇ ਉਸ ਨੂੰ ਤੇ ਉਸੇ ਉੱਤੇ ਅਸਾਂ ਭਰੋਸਾ ਕੀਤਾ ਹੁਣੇ ਜਾਣ ਲੋਗੇ ਉਹ ਕੌਣ ਹੈ ਜਿਹੜਾ ਪਿਆ ਹੋਇਆ ਹੈ ਸਾਫ ਕੋ ਰਾਏ ਆਖੋ ਦੱਸੋ ਮੈਨੂੰ ਜੇ ਸਵੇਰ ਨੂੰ ਹੋ ਜਾਏ ਪਾਣੀ ਤੁਹਾਡੇ ਖੂਹਾਂ ਦਾ ਖੁਸ਼ਕ ਫਿਰ ਕੌਣ ਲਿਆ ਦੇ ਤੁਹਾਨੂੰ ਸਾਫ ਪਾਣੀ